ਲੋ ਜੀ ਅੱਜ ਨਾ ਉਹਨਾਂ ਲੋਕਾਂ ਬਾਰੇ ਗੱਲ ਕਰਾਂਗੇ ਜਿਹੜੇ ਬਹੁਤ ਸਿਆਣੇ ਬਣਦੇ ਆ ਬਹੁ ਮਾਮੇ ਬਣਦੇ ਆਪਣੇ ਆਪ ਚ ਤੇ ਇੰਨੇ ਸਿਆਣੇ ਬਣਦੇ ਸਾਹਮਣੇ ਵਾਲ ਨੂੰ ਡੰਗਰ ਸਮਝਦੇ ਆ ਵੀ ਜਿਹੜਾ ਸਾਹਮਣੇ ਖੜਾ ਐ ਬੇਵਕੂਫ ਐ ਇਹਨੂੰ ਹੋਰੇ ਕੱਖ ਪਤਾ ਹੀ ਨਹੀਂ ਤੇ ਗੱਲਾਂ ਵੀ ਐਸੀਆਂ ਕਰਨਗੇ ਸਵਾਲ ਜਵਾਬ ਵੀ ਐਸੇ ਕਰਨਗੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ ਫਜ਼ੂਲ ਕੋਈ ਲੌਜੀਕ ਨਹੀਂ ਹੈਗਾ ਅਕਸਰ ਤੁਸੀਂ ਦੇਖਿਆ ਹੋਵੇਗਾ ਕਈ ਲੋਕ ਨਾ ਅਕਸਰ ਪੁੱਛਦੇ ਇੱਕ ਗੱਲ ਇਹ ਹੀ ਦੱਸੋ ਅਕਲ ਬੋੜੀ ਕੇ ਬਾਂਸ ਉਹਨਾਂ ਨੂੰ ਇੱਕੋ ਜਵਾਬ ਦੇਣਾ ਚਾਹੂੰਗਾ ਬਾਂਸ ਬੜੀ ਮੱਝ ਵੱਡੀ ਹੁੰਦੀ ਕਿਉਂਕਿ ਮੱਝ ਜਿਹੜਾ ਦੁੱਧ ਦਿੰਦੀ ਹੈ ਨਾ ਕਿਲੋ ਦੁੱਧ 80 ਰੁਪਏ ਦੇ ਹਿਸਾਬ ਨਾਲ ਵੇਚਦਾ ਉਹਦਾ ਇਸ ਕਰਕੇ ਉਹ ਵੱਡੀ ਆ ਨਾਲੇ ਤੁਸੀਂ ਯਾਰ ਮੱਝ ਦੀ ਲੰਬਾਈ ਮੇਚ ਕੇ ਕੀ ਕਰਨਾ ਤੁਸੀਂ ਮੱਝ ਫੌਜਪੜਤੀ ਕਰਾਉਣੀ ਤੁਸੀਂ ਕਿਉਂ ਇਹ ਗੱਲ ਬੜਾਈ ਹੋਈ ਹੈ ਅਕਲ ਬੜੀ ਕੇ ਭੈਸ ਮੱਝ ਵੱਡੀ ਆ ਕਿਉਂਕਿ ਮੱਝ ਨੇ ਕਦੀ ਪੁੱਛਿਆ ਕਿਸੇ ਇਨਸਾਨ ਕੋਲੋਂ ਵਿਦਾਸਾ ਕਲਬੜੀ ਕੇ ਭੈਸ ਅਸੀਂ ਕਹਿ ਦਿੰਨੇ ਹਾਂ ਡੰਗਰ ਆ ਮੱਝ ਆ ਉਹ ਵੱਡੀ ਆ ਸੱਚੀ ਵੱਡੀ ਆ ਉਹਨੂੰ ਅਕਲ ਵੀ ਹੈਗੀ ਆ ਤੈ ਤੁਹਾਡੇ ਨਾਲੋਂ ਜ਼ਿਆਦਾ ਪੁੱਛਦੀ ਕਦੀ ਕਿਉਂਕਿ ਉਹਨੂੰ ਪਤਾ ਮੈਂ ਵੱਡੀਆਂ ਜਿਹੜਾ ਵੱਡਾ ਹੁੰਦਾ ਨਾ ਆਪਣੇ ਆਪ ਚੋਂ ਨਹੀਂ ਪੁੱਛਦਾ ਆ ਜਿਹੜਾ ਇਨਸਾਨ ਆ ਉਹਨੂੰ ਪਤਾ ਮੈਂ ਛੋਟਾ ਆ ਨਾ ਹੀ ਉਹ ਕਿਲੇਗੀ ਨਾਲ ਅਕਲ ਅਕਲ ਕੰਮ ਹੁੰਦੀ ਮੈਨੂੰ ਇੱਕ ਗੱਲ ਦੱਸੋ ਮੱਝ ਦਾ ਜੇ ਦੁੱਧ ਨਾ ਹੋਊਗਾ ਤੇ ਤੁਸੀਂ ਅਕਲ ਦੇ ਨਾਲ ਚਾਹ ਬਣਾ ਲੋਗੇ ਇਸ ਕਰਕੇ ਅਕਲ ਬੜੀ ਕੇ ਭੈਂਸ ਦੇ ਵਿੱਚ ਭੈਂਸ ਬੜੀ ਹੁੰਦੀ ਏ ਅਕਲ ਵੱਡੀ ਨਹੀਂ ਹੁੰਦੀ ਅਕਲ ਦਾ ਕੋਈ ਲੈਣਾ ਦੇਣਾ ਨਹੀਂ ਠੀਕ ਆ ਨਾ ਇਹ ਚੀਜ਼ ਚਾਹੀਦੀ ਭੈਂਸ ਬੜੀ ਹੁੰਦੀ ਏ ਇਹ ਗੱਲ ਸਮਝ ਲਓ ਜਿਹੜੇ ਸਿਆਣੇ ਬੰਦੇ ਬੋਦੇ